ਸਸੀਗਾਦ ਸੁਮੇਂਦਰਜੀਤ ਸਿੰਘ ਟੂਰਿਸਟਸ ਆਫ ਇੰਡੀਆ ਤੋਂ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਤੋਂ ਆਪਦੀ ਨਵੀਂ ਸਕਸੈਸ ਥੋਰੀ ਲੈ ਕੇ ਤੁਹਾਡੇ ਮੂਰੇ ਹਾਜ਼ਰਾਂ ਜੀ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਮੇਰੇ ਹੱਥ 'ਚ ਵੀਜ਼ਾ ਹੈਗਾ ਇਹ ਵੀਜ਼ਾ ਹੈਗਾ ਨਿਊਜ਼ੀਲੈਂਡ ਦਾ ਟੂਰਿਸਟ ਵੀਜ਼ਾ 1 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਇਹ ਵੀਜ਼ਾ ਹੈਗਾ ਜਸਪਾਲ ਸਿੰਘ ਮੇਰੇ ਨਾਲ ਕਰਿਆ ਅੰਬਲਸਰ ਤੋਂ ਬਿਲੋਂਗ ਕਰਦਾ ਇਹਦਾ ਵੀਜ਼ਾ ਆਇਆ ਹੈ ਔਰ ਜਸਪਾਲ ਦਾ ਵੀਜ਼ਾ ਫਰੈਸ਼ ਪਾਸਪੋਰਟ ਤੇ ਹੈ ਅੱਜ ਤੋਂ ਪਹਿਲਾਂ ਇਹਨਾਂ ਨੇ ਕਦੇ ਵੀ ਕੋਈ ਟਰੈਵਲ ਕਿਤੇ ਕਿਸੇ ਕੰਟਰੀ 'ਚ ਨਹੀਂ ਕੀਤਾ ਫਰੈਸ਼ ਪਾਸਪੋਰਟ ਤੇ ਨਿਊਜ਼ੀਲੈਂਡ ਦਾ ਵੀਜ਼ਾ ਆਇਆ ਤੁਹਾਨੂੰ ਵੀਜ਼ਾ ਆਇਆ। ਦੇਖੋ ਤੁਸੀਂ ਸਾਡੇ ਬਾਰੇ ਸਾਡੀ ਕੰਪਨੀ ਬਾਰੇ ਜੋ ਤੁਹਾਡਾ ਐਕਸਪੀਰੀਅੰਸ ਹੈ ਆ ਦੋ ਸ਼ਬਦ ਕੀ ਕਹਿਣਾ ਚਾਹੋਗੇ ਤੁਸੀਂ? ਸਾਨੂੰ ਨਾਮ ਬਸਾ ਦਾ ਬਹੁਤ ਕਮਦਮ ਮਟਾ ਦੇ ਆਂਦੇ ਐਕਸੀ ਸਿਚੁਏਸ਼ਨ ਦੇਦੇ। ਹਾਂਜੀ। ਤੇ ਮੇਰਾ ਅਰਜ਼ੀ ਦਾ ਚੀ ਹੈ ਆ ਵੀਜ਼ਾ ਆ ਗਿਆ ਤੇ ਮੈਂ ਸਾਰਾ ਮੈਂ ਮੈਨੂੰ ਲੱਗਤ ਬੈਂਥੀ ਕਰਦਾ ਤਾਂ ਇੱਥੇ ਅੱਛਾ ਵੀਜ਼ਾ ਲਵਾਉ। ਬਹੁਤ ਧੰਨਵਾਦ ਜਸਪਾਲ ਬਹੁਤ ਸ਼ੁਕਰੀਆ ਤੁਹਾਡਾ। ਦੋਸਤੋ ਅਸੀਂ ਤੁਹਾਨੂੰ ਹਮੇਸ਼ਾ ਹੀ ਕਹਿੰਨੇ ਆ ਕਿ ਨਿਊਜ਼ੀਲੈਂਡ ਹੋਰ ਕੰਟਰੀ ਨਾਲੋਂ ਵਧੀਆ ਸਕਸੈਸ ਰੇਟ ਦੇ ਰਿਹਾ। ਤੁਸੀਂ ਜਸਪਾਲ ਦੀ ਏਜ ਦੇਖ ਸਕਦੇ ਹੋ ਯੰਗ ਏਜ ਹੈ ਅਨਮੈ ਤੁਸੀਂ ਵੀ ਆਪਣਾ ਵੀਜ਼ਾ ਲੈਣਾ ਚਾਹੁੰਦੇ ਹੋ ਜੇਕਰ ਤੁਸੀਂ ਅਨਮੈਰੀਡ ਹੋng ਫਰੈਸ਼ ਪਾਸਪੋਰਟ ਹੈ ਤੁਹਾਡੀ ਪ੍ਰੋਫਾਈਲ ਜਿਆਦਾ ਵਧੀਆ ਨਹੀਂ ਹੈਗੀ ਲੋ ਪ੍ਰੋਫਾਈਲ ਹੈ ਤਦ ਵੀ ਤੁਸੀਂ ਨਿਊਜ਼ੀਲੈਂਡ ਦਾ ਵੀਜ਼ਾ ਅਪਲਾਈ ਕਰ ਸਕਦੇ ਆ ਜਿਸ ਵਾਰ ਤੁਹਾਡੀ ਪ੍ਰੋਫਾਈਲ ਕੀ ਸੀ ਕੀ ਕੰਮ ਕਰਦੇ ਹੋ ਤੁਸੀਂ ਸਨ ਮੈਂ ਰ ਆਪਣਾ ਕੰਮ ਹੈ ਕਾਰਪੈਂਟਰ ਦਾ ਕਾਰਪੈਂਟਰ ਦਾ ਕੰਮ ਹੈ ਕਿੰਨੇ ਦੀ ਆਈਟੀਆਰ ਭਰਦੇ ਹੋ ਤੁਸੀਂ ਸਨ ਮੈਂ 5 ਲੱਖ ਦੀ ਆਈਟੀਆਰ ਭਰਦੇ ਆ 5 ਲੱਖ ਦੀ ਸੋ ਦੇਖੋ ਜੀ ਮੇ ਜਸਪਾਲ ਸਿੰਘ ਦੀ ਤੁਸੀਂ ਦੇਖ ਸਕਦੇ ਹੋ ਪ੍ਰੋਫਾਈਲ ਇਹਨਾਂ ਦਾ ਕਾਰਪੈਂਟਰ ਦਾ ਕੰਮ ਹੈਗਾ ਔਰ ਸਿੰਪਲ ਹੈ 5 ਲੱਖ ਦੀ ਅੰਡਰ ਟੈਕਸ ਜਿਹੜੀ ਹੈ ਗ੍ਰੇਟਰਨ ਭਰਦੇ ਆ ਸੋ ਨਾਰਮਲ ਪ੍ਰੋਫਾਈ ਇਹ ਆਂਗੇਸ ਦੇ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਇਹਨਾਂ ਦਾ ਵੀਜ਼ਾ ਲੱਗ ਕੇ ਆਇਆ ਸੋ ਜਿਵੇਂ ਅਸੀਂ ਤੁਹਾਨੂੰ ਹਮੇਸ਼ਾ ਗਾਈਡ ਕਰਦੇ ਹਾਂ ਹਮੇਸ਼ਾ ਦੱਸਦੇ ਹਾਂ ਕਿ ਕੋਈ ਬੰਦਾ ਵੀ ਕੋਈ ਫਰੈਸ਼ ਪ੍ਰੋਫਾਈਲ ਹੋਵੇ ਕਿਸੇ ਦਾ ਵੀਜ਼ਾ ਕਿਤੇ ਦਾ ਨਾ ਲੱਗਿਆ ਹੋਵੇ ਜਾਂ ਕਿਸੇ ਦੀਆਂ ਕੋਈ ਹੋਰ ਕੰਟਰੀਆਂ ਦੇ ਰਿਫਿਊਜ਼ਲਸ ਹੋਣ ਫਿਰ ਵੀ ਤੁਸੀਂ ਨਿਊਜ਼ੀਲੈਂਡ ਦਾ ਵੀਜ਼ਾ ਅਪਲਾਈ ਕਰ ਸਕਦੇ ਹੈਗੇ ਹੋ ਸੋ ਵਧੇਰੇ ਜਾਣਕਾਰੀ ਲਈ ਉਹ ਮੇਰੇ ਦੋਸਤ ਜਿਹੜੇ ਬਾਰ-ਬਾਰ ਰਿਫਿਊਜ਼ਲ ਖਾ ਕੇ ਬੈਠੇ ਨੇ ਰਿਫਿਊਜ਼ਲ ਆ ਰਹੀਆਂ ਨੇ ਇਹ ਆ ਜਿਹੜਾ ਦੀ ਪ੍ਰੋਫਾਈਲ ਲੋ ਹੈਗੀ ਐ ਸੋ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਨਿਊਜ਼ੀਲੈਂਡ ਦਾ ਵੀਜ਼ਾ ਲੈ ਸਕਦੇ ਨਿਊਜ਼ ਮੇਰੇ ਦੀ ਐਂਟਰੀ ਦਾ ਵੀਜ਼ਾ ਵੀ ਦੇ ਦਿੰਦੀ ਹੈ ਸੋ ਗੱਲ ਮਤਲਬ ਇਹ ਹੈ ਕਿ ਸਾਨੂੰ ਵੀਜ਼ਾ ਜਿਹੜਾ ਹੈਗਾ ਮਿਲ ਜਾਂਦਾ ਹੈ ਸੋਵਦੇਰੇ ਜਾਣਕਾਰੀ ਲਈ ਤੁਸੀਂ ਵੀ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਸੁਪਨੇ ਸাকার ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਕਿਸੇ ਵੀ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਸਾਨੂੰ ਮੋਹਾਲੀ ਬਰਨਾਲਾ ਮੁਕਸਰ ਮੋਗਾ ਜਲੰਧ ਅੰਮ੍ਰਿਤਸਰ ਕਰਨਾਲ ਕਿਤੇ ਵੀ ਮਿਲ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਤੇ ਦੂਰ ਦਰਾਜ ਬੈਠੇ ਹੋ ਜਿਵੇਂ ਸਾਰੇ ਜਾਣਦੇ ਹੀ ਹੈ ਕਿ ਨਿਊਜ਼ੀਲੈਂਡ ਦਾ ਜਿਹੜਾ ਵੀਜ਼ਾ ਹੈਗਾ ਇਹਦੇ ਵਾਸਤੇ ਆਪਾਂ ਨੂੰ ਕਿਸੇ ਐਮਬੈਸੀ ਦੇ ਵਿੱਚ ਫਾਈਲ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਪੈਂਦੀ ਨਾ ਹੀ ਕੋਈ ਬਾਇਓਮੈਟ੍ਰਿਕ ਹੁੰਦੇ ਨੇ ਸੋ ਤੁਸੀਂ ਕਿਤੋਂ ਵੀ ਆਪਣਾ ਜਿਹੜਾ ਵੀਜ਼ਾ ਹੈਗਾ ਉਹ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਦबई ਬੈਠੇ ਹੋ ਸਿੰਗਾਪੁਰ ਬੈਠੇ ਹੋ ਕਿਸੇ ਹੋਰ ਕੰ ਠਹਿਓ ਤੁਸੀਂ ਕਿਦੋਂ ਬੈਠੇ ਵੀ ਆਪਦੇ ਪੇਪਰ ਸਾਨੂੰ ਆਨਲਾਈਨ ਭੇਜ ਸਕਦੇ ਹੋ ਤੇ ਅਸੀਂ ਇੱਥੋਂ ਹੀ ਤੁਹਾਡਾ ਵੀਜ਼ਾ ਅਪਲਾਈ ਕਰ ਦਾਂਗੇ ਸੋ ਉਹਦੇ ਲਈ ਜਾਣਕਾਰੀ ਲਈ ਆਪਣਾ ਕੇ ਡਿਸਕਸ ਕਰਨ ਲਈ ਕੇ ਅਪਲਾਈ ਕਰ ਲਈ ਸਕਰੀਨ ਤੇ ਦਿੱਤੇ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ